ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਕੁਸਾ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਆਪ ਜੀ ਦੇ ਨਾਲ ਇਸ ਵਿੱਚ ਮੁੱਦੇ ਤੇ ਵਿਚਾਰ ਕਰਨੀ ਹੈ ਵਿਚਾਰ ਆਪ ਜੀ ਨਾਲ ਇਹ ਹੈ ਕਿ ਕੜਾ ਪ੍ਰਸ਼ਾਦੀ ਦੀਏ ਕਿਵੇਂ ਬਣਾਈਏ ਕਿਉਂਕਿ ਘਰਾਂ ਦੇ ਵਿੱਚ ਕੜਾ ਪ੍ਰਸ਼ਾਦੀ ਦੀਏ ਬਣਾਉਣੇ ਤੇ ਦਾਸ ਨੇ ਮਾਫ ਕਰਿਆ ਜੇ ਕਈਆਂ ਥਾਵਾਂ ਤੇ ਆਪ ਵੇਖਿਆ ਵੀ ਇਹ ਵੀ ਕੜਾ ਪ੍ਰਸ਼ਾਦ ਬਣਾਉਣ ਲੱਗਿਆਂ ਇੰਨਾਂ ਗੱਲਾਂ ਦਾ ਧਿਆਨ ਨਹੀਂ ਰੱਖਿਆ ਜਾਂਦਾ ਕੜਾ ਪ੍ਰਸ਼ਾਦ ਬਣਾਉਣ ਲੱਗਿਆਂ ਪਹਿਲਾਂ ਉਸ ਜਗ੍ਹਾ ਨੂੰ ਸਾਫ਼ ਕੀਤਾ ਜਾਵੇ ਉੱਥੇ ਚੰਗੀ ਤਰ੍ਹਾਂ ਭਾਂਡੇ ਜਿਹੜੇ ਨੇ ਜਿੰਨਾ ਚਿਰ ਤੋਤੇ ਜਾਨ ਸਾਫ਼ ਬਿਲਕੁਲ ਫਿਰ ਉਸ ਜਗ੍ਹਾ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ ਕੜਾ ਪ੍ਰਸ਼ਾਦ ਦੀ ਵਿਧੀ ਕੀ ਹੈ ਬਣਾਉਣ ਦੇ ਲਈ ਤਨਖਾਹ ਨਾਮੇ ਵਿੱਚ ਇਹ ਦੱਸਿਆ ਗਿਆ ਹੈ ਕੜਾ ਪ੍ਰਸ਼ਾਦ ਕੀ ਵਿਧ ਸੁਣ ਲਈ ਜਾ ਤੀਨ ਭਾਗ ਕੋ ਸੰਸਰ ਕੀ ਜੇ ਤਿੰਨ ਭਾਗ ਦੇ ਵਿੱਚ ਸਮਸਰ ਦਾ ਮਤਲਬ ਬਰਾਬਰ ਬਰਾਬਰ ਖੰਡ ਕਿਉ ਤੇ ਆਟਾ ਇਹਨਾਂ ਨੂੰ ਬਰਾਬਰ ਬਰਾਬਰ ਕਰ ਲਿਆ ਜਾਵੇ ਲੇਪਨ ਆਗੇ ਬਹੁ ਕਰ ਦੀਜੈ ਮਾਂਜਨ ਕਰ ਭਾਂਜਨ ਤੋ ਵੀਜੈ ਲੇਪਨ ਦਿੱਤਾ ਹੋਵੇ ਉੱਥੇ ਪਹਿਲਾਂ ਚੁੱਲ੍ਹੇ ਤੇ ਪੋਚਾ ਮਾਰਿਆ ਹੋਵੇ ਉੱਥੇ ਸਫਾਈ ਪੂਰੀ ਤਰ੍ਹਾਂ ਕੀਤੀ ਹੋਵੇ ਉੱਥੇ ਭਾਂਡੇ ਜਿਹੜੇ ਨੇ ਬਿਲਕੁਲ ਸਹੀ ਤਰ੍ਹਾਂ ਚੰਗੀ ਤਰ੍ਹਾਂ ਮਾਂਜੇ ਹੋਣ ਸਾਫ਼ ਸੁਥਰੇ ਹੋਣ ਉਹਨਾਂ ਨੂੰ ਵੇਖ ਲਿਆ ਜਾਵੇ ਕਰ ਇਸ਼ਨਾਨ ਪਵਿੱਤਰ ਹੋਏ ਬਹਿ ਸ਼ਾਨਾਂ ਬਾਨੇ ਕੀਤਾ ਹੋਵੇ ਬਿਲਕੁਲ ਵਧੀਆ ਪਵਿੱਤਰਤਾ ਸੁੱਚਮਤਾ ਸਰੀਰ ਦੀ ਵੀ ਹੋਵੇ ਤੇ ਵਾਹਿਗੁਰੂ ਬਿਨ ਅਵਰ ਨਾ ਕਹ ਵਾਹਿਗੁਰੂ ਤੋਂ ਬਿਨਾ ਹੋਰ ਕੁਝ ਉਥੇ ਕਵੇ ਨਾ ਗੱਲਾਂ ਨਾ ਕਰਵੇ ਨਾ ਇਹ ਨਾ ਹੋਵੇ ਕਿ ਇੱਕ ਪਾਸੇ ਕੜਾ ਪ੍ਰਸ਼ਾਦ ਦੀਏਕ ਬਣਾਈ ਜਾ ਰਹੀ ਹੈ ਆਪਾਂ ਖੁਰਪਾ ਮਾਰ ਰਹੇ ਆ ਤੇ ਨਾਲ ਗੱਲਾਂ ਕੀਤੀ ਜਾਂਦੇ ਉਹ ਫਿਰ ਕੀ ਹੋਏਗਾ ਕਿ ਉਹ ਕੜਾ ਪ੍ਰਸ਼ਾਦ ਨਹੀਂ ਬਣੇਗਾ ਉਹ ਕੱਲਾ ਕੜਾ ਬਣੇਗਾ ਕੜਾ ਪ੍ਰਸ਼ਾਦ ਨੂੰ ਹੀ ਗੁਰੂ ਸਹਿਬ ਨੇ ਪ੍ਰਵਾਨ ਕਰਨਾ ਹੈ ਕੜਾ ਪ੍ਰਸ਼ਾਦ ਨੂੰ ਹੀ ਭੋਗ ਲਗਣਾ ਹੈ ਕੜਾ ਇਕੱਲੇ ਕੜਾ ਨੂੰ ਨਹੀਂ ਕਿਉਂਕਿ ਇਹ ਪੰਚਮ ਕੜਾ ਪ੍ਰਸ਼ਾਦੀ ਦੇ ਕੇ ਅਰਦਾਸ ਕਰਨ ਲੱਗਾ ਤੁਸੀਂ ਕਈ ਵਾਰ ਸੁਣਿਆ ਹੋਏਗਾ ਗ੍ਰੰਥੀ ਸਿੰਘ ਕਹਿੰਦੇ ਨੇ ਪੰਚਮ ਕੜਾ ਪ੍ਰਸ਼ਾਦੀ ਦੇ ਪੰਚਮ ਕਿਉਂ ਕਿਉਂਕਿ ਪੰਜ ਚੀਜ਼ਾਂ ਖੰਡ ਆਟਾ ਕਿਉ ਪਾਣੀ ਤੇ ਬਾਣੀ ਇਸ ਕਰਕੇ ਪੰਚਮ ਕਿਹਾ ਜਾਂਦਾ ਬਾਣੀ ਉਸ ਉੱਤੇ ਪੜ੍ਹਨੀ ਹੈ ਜੇ ਜਪਜੀ ਸਾਹਿਬ ਦਾ ਪਾਠ ਕਰ ਸਕਦੇ ਹੋ ਠੀਕ ਹੈ ਨਹੀਂ ਤਾਂ ਮੂਲ ਮੰਤਰ ਦਾ ਕਰ ਲਓ ਪਹਿਲੀ ਪੌੜੀ ਦਾ ਜੇ ਨਹੀਂ ਤਾਂ ਫਿਰ ਆਪਾਂ ਵਾਹਿਗੁਰੂ ਵਾਹਿਗੁਰੂ ਘੈਰ ਕਰ ਲਈਏ ਕੜਾ ਪ੍ਰਸ਼ਾਦ ਕੀ ਵਿਧ ਸੁਣ ਲਈਜੈ ਤੀਨ ਪਾਕ ਕੋ ਸੰਸਰ ਕੀਜੈ ਲੇਪਨ ਆਗੇ ਬਹੁ ਕਰ ਦੀਜੈ ਮਾਂਜਨ ਕਰ ਭਾਂਜਨ ਤੋਂ ਵਿਜੈ ਕਰ ਇਸ਼ਨਾਣ ਪਵਿੱਤਰ ਹੋਏ ਬਹਿ ਵਾਹਿਗੁਰੂ ਬਿਨ ਅਵਰ ਨ ਕਹੈ ਵਾਹਿਗੁਰੂ ਤੋਂ ਬਿਨਾ ਉਤੇ ਹੋਰ ਕੁਝ ਨਾ ਕਹੋ ਕੜਾ ਪ੍ਰਸ਼ਾਦ ਦੀ ਇੱਕ ਬਣਾਉਣ ਇੱਕ ਗੱਲ ਹੋਰ ਖੰਡ ਜਿਹੜੀ ਹੈ ਹੁਣ ਅੱਜ ਕੱਲ ਖੰਡ ਆ ਗਈ ਹੈ ਖੰਡ ਜਦੋਂ ਆਪਾਂ ਪਾਉਨੇ ਆ ਵਿੱਚ ਤੇ ਇੱਕ ਖੰਡ ਚਾਸ ਬਣਾ ਲੈਨੇ ਆ ਵੈਸੇ ਿਕੜਾ ਪਰ ਸ਼ਾਇਦ ਦੇਗ ਬਣਾਉਣ ਲੱਗਿਆ ਪਹਿਲਾਂ ਚਾਸ ਬਣਾਉਣੀ ਚਾਹੀਦੀ ਚਾਣੀ ਬਣਾਉਣੀ ਚਾਹੀਦੀ ਤੇ ਜ਼ਿਆਦਾਤਰ ਇਹ ਵੇਖਿਆ ਜਾਂਦਾ ਵੀ ਖੰਡ ਜਿਹੜੀ ਹੈ ਉਹ ਸਿੱਧੇ ਤੌਰ ਤੇ ਪਾ ਦਿੱਤੀ ਜਾਂਦੀ ਹੈ ਉੱਤੋਂ ਗਰਮ ਪਾਣੀ ਪਾ ਦਿੱਤਾ ਜਾਂਦਾ ਪਰ ਐਵੇਂ ਨਹੀਂ ਕਰਨਾ ਚਾਹੀਦਾ ਚਾਸ ਬਣਾਉਣੀ ਚਾਹੀਦੀ ਪਹਿਲਾਂ ਪਾਣੀ ਦੇ ਵਿੱਚ ਖੰਡ ਪਾ ਕੇ ਕਿਉਂਕਿ ਜਦੋਂ ਤੁਸੀਂ ਚਾਹਸ ਬਣਾਓਗੇ ਤੁਸੀਂ ਵੇਖੋਗੇ ਕਿੰਨੀ ਗੰਦ ਜਿਹੜਾ ਇਹ ਖੰਡ ਦੇ ਵਿੱਚ ਤੇ ਚਾਹਸ ਬਣਾ ਕੇ ਜੇ ਤੁਸੀਂ ਤੁਸੀਂ ਜਦੋਂ ਪੋਣੋਗੇ ਤੇ ਕਿੰਨਾ ਜ਼ਿਆਦੀ ਗੰਦਗੀ ਜਿਹੜੀ ਇਹ ਉਹ ਪਾਣੀ ਦੇ ਉੱਤੇ ਜਾਂ ਕੱਪੜੇ ਦੇ ਉੱਤੇ ਜੰਮ ਜਾਏਗੀ ਜੇ ਆਪਾਂ ਚਾਹਸ ਨਾ ਬਣਾਈ ਤੇ ਉਹ ਸਭ ਕੁਝ ਜਿਹੜਾ ਹੈ ਉਹ ਦੇਗ ਦੇ ਵਿੱਚ چلا ਜਾਏਗਾ ਇਸ ਲਈ ਚਾਹਸ ਬਣਾਉਣੀ ਜ਼ਰੂਰੀ ਹੈ ਚਾਹਸ ਬਣਾਉਣੀ ਚਾਹੀਦੀ ਹੈ ਕੜਾ ਪ੍ਰਸ਼ਾਦ ਦੀ ਇਹ ਵਿਧੀ ਹੈ ਤੇ ਉਥੇ ਵਾਹਿਗੁਰੂ ਦਾ ਜਪ ਜਾਂ ਮੂਲ ਮੰਤਰ ਦਾ ਜਾਂ ਬਾਣੀ ਦਾ ਜਾਪ ਜ਼ਰੂਰ ਹੋਣਾ ਚਾਹੀਦਾ ਫਿਰ ਕੜਾ ਪ੍ਰਸ਼ਾਦ ਜਿਹੜਾ ਉਹ ਤਿਆਰ ਹੁੰਦਾ ਹੈ ਜੀ ਬਾਕੀ ਦਾਸ ਦੀ ਛੋਟੀ ਮੱਤ ਤੇ ਵੱਡੇ ਵੱਡੇ ਵਿਦਵਾਨ ਸਿੱਖ ਪੰਥ ਵਿੱਚ ਹੈ ਨੇ ਦਾਸ ਵੱਲੋਂ ਇੱਕ ਨਿਮਾਣੀ ਜੀ ਛੋਟੀ ਜੀ ਕੋਸ਼ਿਸ਼ ਆਪ ਜੀ ਤੱਕ ਇਹ ਸੁਨੇਹਾ ਪਹੁੰਚਾਉਂਦਾ ਕਿਉਂਕਿ ਜ਼ਿਆਦਾਤਰ ਚਲੋ ਗ੍ਰੰਥੀ ਸਿੰਘ ਜਿਹੜੇ ਨੇ ਉਹਨਾਂ ਨੂੰ ਤਾਂ ਜਦੋਂ ਸੰਥਿਆ ਕਰਦੇ ਉਹਨਾਂ ਨੂੰ ਦੱਸਿਆ ਹੀ ਜਾਂਦਾ ਹੈ ਪਰ ਜ਼ਿਆਦਾਤਰ ਘਰਾਂ ਦੇ ਵਿੱਚ ਕੜਾ ਪ੍ਰਸ਼ਾਦੀ ਦੇਗ ਕਈ ਵਰੀ ਘਰੋਂ ਬਣਾ ਕੇ ਦੇਗ ਤੇ ਆਪਾਂ ਗੁਰਦੁਆਰਾ ਸਾਹਿਬ ਅਰਦਾਸ ਕਰਾਉਣ ਲਈ ਲੈ ਕੇ ਜਾਂਦੇ ਆ ਇਸ ਲਈ ਆਪ ਜੀ ਨੂੰ ਇਹ ਬੇਨਤੀ ਹੈ ਕਿ ਕੜਾ ਪ੍ਰਸ਼ਾਦ ਬਣਾਉਣ ਲੱਗਿਆਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਜੀ ਤੇ ਆਪ ਜੀ ਨੇ ਅਸੀਸ ਬਖਸ਼ੀ ਨਹੀਂ ਵੀ ਆਪ ਜੀ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹੀਏ ਇਹ ਦਸਰਿਆਂ ਦਾ YouTube ਚੈਨਲ NKV TV ਜਿੰਦਾ ਪੂਰਾ ਮਤਲਬ ਬਣਦਾ ਜੀ ਨਾਨਕ ਸਰ ਕਥਾ ਵਿਚਾਰ TV ਤੇ ਆਪ ਜੀ ਸਾਡੇ ਨਾਲ ਜੁੜੇ ਰਹਿਣ ਦੇ ਲਈ ਇਸੇ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਨਾਲ ਜੁੜੋ ਜੀ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਦਾਸ ਦੀ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ